ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਹੈ। ਇਸ ਦੇ ਮੌਕੇ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਸਾਹਿਬ ਦੇ ਅਨੁਯਾਈਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ, ਕਿਉਂਕਿ ਬਾਬਾ ਸਾਹਿਬ ਨੇ ਜੋ ਦਲਿਤਾਂ ਵਾਸਤੇ ਜਾਂ ਹੋਰ ਕੰਮ ਕੀਤੇ ਨੇ ਉਹ ਕੋਈ ਕਿਸੇ ਦੇ ਨਹੀਂ ਹੈਗੇ। ਕਿਉਂਕਿ ਪਤਾ ਕੀ ਗੱਲ ਹੈ, ਕਿਉਂਕਿ ਬਾਬਾ ਸਾਹਿਬ ਨੇ ਜੋ ਕੀਤਾ ਉਹਨਾਂ ਨੇ ਨਾਰੀ ਜਾਤੀ ਦਾ ਬਹੁਤ ਕੀਤਾ। ਜੇ ਅੱਜ ਰਾਸ਼ਟਰਪਤੀ ਬਣਦੇ ਆ ਜਾਂ ਪ੍ਰਧਾਨ ਮੰਤਰੀ ਬਣਦੇ ਆ ਜਾਂ ਸਰਕਾਰੀ ਅਹੁਦਿਆਂ ਦੇ ਵਿੱਚ ਔਰਤ ਕੰਮ ਕਰਦੀ ਹੈ ਤਾਂ ਉਹ ਬਾਬਾ ਸਾਹਿਬ ਦੀ ਬਦੌਲਤ ਸੀ, ਜੋ ਕਿ ਪਹਿਲਾਂ ਅੱਜ ਤੋਂ ਪਹਿਲਾਂ ਜਦੋਂ ਸੰਵਿਧਾਨ ਰਚਿਆ ਗਿਆ ਸੀ ਬਾਬਾ ਸਾਹਿਬ ਵੱਲੋਂ, ਉਸ ਤੋਂ ਪਹਿਲਾਂ ਜੋ ਮਨੂ ਸਿਮਤੀ ਦੇ ਮੁਤਾਬਕ ਲੋਕ ਕੰਮ ਕਰਦੇ ਸੀਗੇ, ਔਰਤ ਨੂੰ ਪੈਰ ਦੀ ਜੁੱਤੀ ਸਾਂਭਿਆ ਜਾਂਦਾ ਸੀਗਾ। ਇਸ ਕਰਕੇ ਅੱਜ ਬਾਬਾ ਸਾਹਿਬ ਦੇ ਸੰਵਿਧਾਨ ਕਰਕੇ ਸਾਰਾ ਕੁਝ ਹੈ ਕਿ ਔਰਤ ਚਾਹੇ ਕਿਸੇ ਜਨਰਲ ਕਾਸਟ ਦੀ ਹੈ ਚਾਹੇ ਦਲਿਤ ਹੈ ਕੋਈ ਵੀ ਹੈ, ਉਹਨਾਂ ਨੂੰ ਉਹਨਾਂ ਨੇ ਪੈਰ ਦੀ ਜੁੱਤੀ ਸਾਂਭਿਆ ਸੀ ਅਤੇ ਇਹਨਾਂ ਨੂੰ ਜੇ ਔਰਤ ਦਾ ਕੀਤਾ ਤਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਕੀਤਾ। ਬਾਬਾ ਸਾਹਿਬ ਨੇ ਦਲਿਤਾਂ ਵਾਸਤੇ ਵੀ ਬਹੁਤ ਕੁਝ ਕੀਤਾ ਅਤੇ ਆਮ ਜੇ ਸੰਵਿਧਾਨ ਰਚਿਆ ਸੰਵਿਧਾਨ ਸਾਰਿਆਂ ਵਾਸਤੇ ਸੀ, ਨਾ ਕਿ ਉਹ ਇੱਕ ਕਮਿਊਨਿਟੀ ਵਾਸਤੇ ਸੀ। ਇਸ ਕਰਕੇ ਇਹ ਅੱਜ ਦੇ ਦਿਨ ਮੈਂ ਸਮੁੱਚੇ ਭਾਰਤੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਬਾ ਸਾਹਿਬ ਦੇ ਜਨਮ ਦਿਨ ਉੱਤੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਬਾਬਾ ਸਾਹਿਬ ਨੇ ਮਤਲਬ ਕੋਈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਜੇ ਅੱਜ ਸੰਵਿਧਾਨ ਦੇ ਵਿੱਚ ਜੋ ਵੀ ਤਰਮੀਮਾਂ ਵੀ ਹੋ ਜਾਂਦੀਆਂ ਨੇ, ਕਈ ਮਤਲਬ ਸੋਧਾਂ ਵੀ ਹੋਈਆਂ ਨੇ, ਉਹ ਸੋਧਾਂ ਇਸ ਕਰਕੇ ਹੋ ਰਹੀਆਂ ਕਿ ਸਾਡਾ ਸੰਵਿਧਾਨ ਲਚਕੀਲਾ ਵੀ ਹੈ, ਹਾਰਡ ਵੀ ਹੈ, ਸਾਰਾ ਕੁਛ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਹੋਣੀ ਹੈ। ਇਸ ਕਰਕੇ ਮੈਂ ਅਖੀਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਅਨੁਯਾਈਆਂ ਨੂੰ ਲੱਖ ਲੱਖ ਵਧਾਈ ਦਿੰਦਾ। ਜੈ ਭੀਮ ਜੈ ਭਾਰਤ।